सब तो पहला जी फतेह प्रवान करो, वाहेगुरु जी का खालसा वाहेगुरु जी की फतेह। पहला धन्यवाद करदा जी पंजाबी साहित्य अकादमी ते दिल्ली सरकार गुरपेज गुराया जी ते भाई कोमल ते इत्थे पहुंचे संगीत कला दे उपासको। एक बार अपनी बोली दे नाते अपनी मिट्टी दे नाते ताड़ी मार दे खुल के। वारशाह जी लिखदे आ, शुरू सोई जो रब दा नाम होवे, खत्म सोई जो नाल ईमान होवे, काजी सोई जो शराम विच होए कायम, ते गायक सोई जो गले विच गान होवे। रब दा नाम पलेने आ, पर मैनू एक चीज जड़ी लगदी है वो मां बोली अपनी। मैं बोल रहा तुसी सुन रहे हो, इहदे नाते पहला आपां नूं मां बोली दे नाते मारनी चाहीदी है ताड़ी। बाबू रजवली जी महाकवि होए है, की लिखिया वोकल अप करो थोड़ी जी, हैलो वोकल खोल दो थोड़ी जी वोकल, पहला कल जी हो नवे गीत नवियां वखाउंदे रंग तां, सुन सुन हुंदियां ने हाल संगतां, ते दिल खुश करांगे हरेक टोली दे, मिठे बोल बोली दे पंजाबी बोली दे, मिठे बोल बोली दे पंजाबी बोली दे। आ जो जे गुरमुखी किसे ने सिखणी, पढ़नी आसान ते सखाली लिखणी, अखर जो फाग जे जलेबी बोली दे, मिठे बोल बोली दे पंजाबी बोली दे, मिठे बोल बोली दे पंजाबी बोली दे। खुल के मारो ताड़ी मां बोली दे नाते। ते गैरत वाले ना हौसला छड़ देने, लेंदे झल मुसीबतां भारियां ने, ਉਹ ਅੰਤ ਨੂੰ ਬਾਜੀਆਂ ਹਾਰ ਜਾਂਦੇ, ਬਾਗਾਂ ਮੰਗੀਆਂ ਜਿੰਨਾਂ ਉਧਾਰੀਆਂ ਨੇ। ਉਹ ਚੰਡੂ ਲਿੱਤਿਆਂ ਵਾਲਿਆ ਭੱਜ ਤੁਰਦੇ, ਤੇ ਫੋਕੀਆਂ ਫੜਾਂ ਜਿੰਨਾਂ ਨੇ ਮਾਰੀਆਂ ਨੇ। ਅਣਖਾਂ ਵਾਲਿਆਂ ਮਰਦਾਂ ਨੇ ਜੱਗ ਉੱਤੇ ਕਹਿਮ ਰੱਖੀਆਂ ਸਦਾ ਸਰਦਾਰੀਆਂ ਨੇ। ਕਰਨੈਲ ਪਾਰਸ ਜੀ ਲਿਖਦੇ ਆ, ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਲੱਖਾਂ ਯਤਨ ਕਰੀਏ ਮੁੜਨਾ ਪਵੇ ਭਾਂਡੇ, ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ, ਪਾਰਸ ਮਿਟ ਜਾਂਦੀ ਓਏ ਅੱਖਰ ਗਲਤ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਸਭ ਤੋਂ ਪਹਿਲਾਂ ਸ਼ੁਰੂਆਤ ਬਾਰ ਬਾਬਾ ਬੰਦਾ ਸਿੰਘ ਜੀ ਬਹਾਦਰ। ਰਹਿੰਦੀਆਂ ਹੋ ਮਰਦਾਂ ਤੇਰੀਆਂ ਚੱਕ ਵਿੱਚ, ਰਹਿੰਦੀਆਂ ਹੋ ਬੰਦੇ
दूजा काला जी माणक साहब बड़ा गाते होंगे सी लोग तो चीज जड़ी पेश कर लग्या दुश्मन नाले पंगा लिए तैयार जी दुश्मन नाले पंगा लिए मुड़के ना ढिले पइए नक बिच दम करके रहिए एवें कोई ने आउंदा नी एक वारी लग्या वेड़ा मुड़के हथ आउंदा नी एक वारी लग्या वेड़ा मुड़के हथ आउंदा नी एक वारी लग्या वेड़ा अजकल वाले जड़े साधु है केसा तो जटा बना के गल दे विच पगमा पा के केसा तो जटा बना के गल दे विच पगमा पा के दर दर ते अलख जगा के रब नू ते आउंदा नी एक बारी लग्या वेड़ा मुड़ के हथ आउंदा नी एक बारी लग्या वेड़ा मुड़ के हथ आउंदा नी एक बारी लग्या ਵਧੀਆ ਲੱਗਿਆ ਤਾੜੀ ਖੁੱਲ੍ਹ ਕੇ ਮਾਰ ਕੇ ਫੋਕ ਤਾਂ ਮੇਰਾ ਕੰਮ ਹੈ ਜੀ ਐਮ ਏ ਪੰਜਾਬੀ ਮੈਂ ਪਾਸ ਆਊਟ ਹਾਂ ਪੰਜਾਬੀ ਯੂਨੀਵਰਸਿਟੀ ਤੋਂ ਅਤੇ ਇੱਥੇ ਪੰਜਾਬੀ ਵਿਭਾਗ ਬੈਠਾ ਸਾਰਾ ਆਏ ਬੈਠੇ ਆ ਪਟਿਆਲੇ ਤੋਂ ਅਤੇ ਇੱਥੋਂ ਵੀ ਸੋਹਣੀ ਅਤੇ ਘੜੇ ਦੀ ਵਾਰ ਤਾਂ ਮੈਂ ਸੁਣਾਉਣ ਲੱਗਾ ਜੀ ਸੋਹਣੀ ਨੇ ਜਦੋਂ ਘੜੇ ਨੂੰ ਹੱਥ ਪਾਇਆ ਅਤੇ ਘੜੇ 'ਚੋਂ ਇੱਕ ਆਵਾਜ਼ ਆਉਂਦੀ ਹੈ ਘੜਾ ਪਤਾ ਕੀ ਕਹਿੰਦਾ ਕਹਿੰਦਾ ਸੋਹਣੀਏ ਮੈਂ ਉਹ ਨਹੀਂ ਹਾਂ ਜਿਹੜਾ ਤੂੰ ਸਮਝ ਰਹੀ ਆ ਸੋਹਣੀ ਨੇ ਬੜਾ ਅੱਛਾ ਜਵਾਬ ਦਿੱਤਾ ਕਹਿੰਦੀ ਕੀ ਹੋਇਆ ਘੜਿਆ ਜੇ ਤੂੰ ਕੱਚਾ ਹੀ ਮੇਰਾ ਇਮਾਨ ਤੇ ਪੱਕਾ ਹੀ ਜਾਣਾ ਤੇ ਹੈਗਾ ਹੀ ਹੈ ਉਸ ਵੇਲੇ ਦੇ ਬੋਲ ਹੈ ਘੜੇ ਤੇ ਸੋਹਣੀ ਦੀ ਵਾਰਤਾਲਾਪ ਹੈ ਵੀਰ ਮਰੇ ਉਸ ਘੜਾ ਵਟੇਂਦੜੀ ਦਾ ਜਿਹੜੀ ਅਸਾਂ ਵਿਛੋੜ ਨਿਹਾਲ ਹੋਈ ਆ ਕੇ ਵੇਖ ਲੈ ਮੱਝੀ ਵਾਲਿਆ ਵੇ ਹਾਏ ਵੇ ਜੋ ਕੁਝ ਸੋਹਣੀ ਨਿਮਾਣੀ ਦੇ ਨਾਲ ਹੋਈ ਮੈਨੂੰ ਪਾਰ ਲੰਘਾ ਦੇਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ ਮੈਨੂੰ ਪਾਰ ਲੰਘਾ ਦੇਵੇ ਘੜਿਆ ਮਿੰਨਤਾਂ ਤੇਰੀਆਂ
ਵਧੀਆ ਲੱਗਿਆ, ਤਾੜੀ ਖੁੱਲ ਕੇ ਮਾਰ ਦਿਓ। ਅਗਲੀ ਜਿਹੜੀ ਗੱਲਬਾਤ ਆ, ਅਮਨ ਧਾਲੀਵਾਲ ਜੀ PhD ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ, ਨੌਰਥ ਇੰਟਰਵਰਸਿਟੀ ਨੈਸ਼ਨਲ ਅਤੇ ਸਾਊਥ ਵੈਸਟ ਵਿਨਰ ਨੇ। ਅਸੀਂ ਜਿਹੜੀ ਅਗਲੀ ਵਾਰਤਾਲਾਪ ਤੁਹਾਨੂੰ ਸੁਣਾਉਣ ਲੱਗਿਆ, ਪਹਿਲਾਂ ਸੋਹਣੀ ਅਤੇ ਘੜੇ ਦਾ ਜਿਹੜਾ ਵਾਰਤਾਲਾਪ ਸੀ ਉਹ ਗਾਉਣੀ ਸੀਗੀ ਅਤੇ ਟਾਈਮ ਦੀ ਬੜੀ ਪ੍ਰੋਬਲਮ ਹੈਗੀ, ਸੋ ਕਹਿ ਰਹੇ ਸੀਗੇ ਤੁਹਾਨੂੰ ਸੁਣਾਉਣਗੇ ਮਿਰਜ਼ੇ ਦੀ ਵਾਰਤਾ, ਮੇਰੀ ਗੱਲ ਸੁਣ ਕਰਮੂ ਬਾਹਮਣਾ। ਅਤੇ ਉਸ ਤੋਂ ਮਗਰੋਂ ਮਾਂ ਜਦੋਂ ਮਿਰਜ਼ੇ ਨੂੰ ਆਵਾਜ਼ ਮਾਰਦੀ ਹੈ ਕੀ ਕਹਿੰਦੀ ਹੈ, ਬੱਕੀ ਤੋਂ ਕੀ ਸਵਾਲ ਕਰਦੀ ਹੈ, ਉਹ ਤੁਹਾਨੂੰ ਬਾਅਦ 'ਚ ਮੈਂ ਸੁਣਾਊਂਗਾ ਜੀ। ਪਹਿਲਾਂ ਅਮ ਤੋਂ ਸੁਣੋ। ਹੈਲੋ ਹੈਲੋ ਕੀਬੋਰਡ ਖੋਲੋ ਜੀ, ਸਾਊਂਡ ਕੀਬੋਰਡ ਖੋਲੋ ਵੀਰੇ। ਚੱਲ ਪਿਆ ਬਾਈ, ਕੀ ਹੋ ਗਿਆ? ਚਲੋ ਕੋਈ ਨਾ, ਇੰਨੇ ਉਹ ਸਾਜ ਚੱਲਦੇ ਇੰਨੇ ਬਿਨਾਂ ਸਾਜਾਂ ਤੋਂ ਸੁਣਾ ਦਈਏ ਮਾੜਾ ਜਿਹਾ, ਆਪਾਂ ਤਾਂ ਫੋਕ ਗਾਉਣ ਵਾਲੇ ਹਾਂ। ਹੋ ਅੱਜ ਕੱਲ੍ਹ ਜਿਹੜੀ ਆ ਲਾਲਕ ਛੋਰਾਂ ਨੂੰ ਘਰੇ ਰੱਖਦੇ ਨੇ ਬਦਮਾਸ਼ ਚੋਰਾਂ ਨੂੰ, ਉਹ ਤੇਰਾ ਪੁੱਤ ਰੱਖੇ ਦਸਤਾਰੀ ਬਾਹਰ ਲੈ, ਗੁੱਜੇ ਗੁੱਜੇ ਡਾਕੇ ਵੀ ਬਥੇਰੇ ਮਾਰ ਲੈ, ਇੱਜੜਾਂ ਚੋਂ ਖਾਂਦੇ ਚੱਕ ਚੱਕ ਬੱਕਰੇ, ਪੀ ਕੇ ਤੇ ਸ਼ਰਾਬਾਂ ਮੇਲਿਆਂ 'ਚ ਟੱਕਰੇ, ਓਏ ਸਾਨੂੰ ਮਾਰੇ ਸ਼ਰਮ ਲਿਹਾ ਜੇ ਆਪ ਦਾ, ਹੋ ਜੇ ਨਨ ਲੈਕ ਪੁੱਤ ਲੈਕ ਬਾਪ ਦਾ, ਹੋ ਜੇ ਨਨ ਲੈਕ ਪੁੱਤ ਲੈਕ ਬਾਪ ਦਾ। ਆਇਆ ਆਨੰਦ ਮਾੜਾ ਜਾ ਕਿ ਗੁਰੂ ਕਾਹਦਾ ਰੱਖੇ ਜੋ ਫਰਕ ਚੇਲੇ ਤੋਂ, ਕਾਸ ਦਾ ਸ਼ਕੀਨ ਨੱਕ ਵੱਟੇ ਮੇਲੇ ਤੋਂ, ਉਹ ਥੋੜੇ ਗੱਪ ਮਾਰੇ ਜੋ ਦਲਾਲ ਕਾਸ ਦਾ, ਬਾਹਮਣ ਕੀ ਖਾਜੇ ਜੋ ਪਤੀਲਾ ਮਾਸ ਦਾ, ਕਿ ਕਾਹਦਾ ਡਾਕਟਰ ਨਾ ਉਤਾਰੇ ਸੋਜ ਜੇ, ਅੱਛੜਾ ਕਾਹਦਾ ਛਿੱਤਰ ਨਾ ਖਾਵੇ ਰੋਜ ਜੇ, ਆ ਚੋਰ ਕਾਹਦਾ ਵੀਰ ਨੂੰ ਅੜੇ ਨਾ ਥਾਣੇ ਜੀ। 47 ਤੋਂ ਪਹਿਲਾਂ ਗੱਲ ਲੈ ਕੇ, ਉਹ ਕਾਸ ਦੀ ਮਸ਼ੂਕ ਰਸਣ ਨਾ ਜਾਣੇ ਜੀ, ਬਾਬੂ ਜੀ ਲੈ ਕੇ ਉਹ ਕਾਸ ਦੀ ਮਸ਼ੂਕ ਰਸਣ ਨਾ ਜਾਣੇ ਜੀ, ਕੱਕਾ ਦਾ ਬਾਗ ਜਿਸ 'ਚ ਖੰਜੂਰ ਰੁੱਖ ਨਾ, ਉਹ ਯਾਰ ਕਾਹਦਾ ਭੀੜ 'ਚ ਵੰਡਾਵੇ ਦੁੱਖ ਨਾ, ਤੇ ਮੱਲ ਕਾਹਦਾ ਜੱਤ ਜੋ ਲੰਗੋਟੇ ਵਿੱਚ ਨਾ, ਕਾਹਦਾ ਪਿਆਰ ਦਿਲਾਂ ਨੂੰ ਦਿਲਾਂ ਦੀ ਖਿੱਚ ਨਾ। ਚੱਲ ਪਿਆ ਬਾਈ ਕੀਬੋਰਡ ਹੁਣ, ਕੀਬੋਰਡ ਨਹੀਂ ਚੱਲ ਰਿਹਾ, ਐਂ ਚੱਲੀਏ, ਆਨੰਦ ਆ ਰਹੇ, ਚਲ ਠੀਕ ਹੈ। ਹਾਂਜੀ ਹਾਂ, ਮਿਰਜ਼ਾ ਸੁਣਾਵਾਂਗੇ, ਕਿਉਂਕਿ ਸਿਆਣੇ ਕਹਿੰਦੇ ਆ ਜਿਹੜੇ ਸਾਜ਼ਾਂ ਦੇ ਗਾਉਣ ਹੁੰਦੇ ਆ ਉਹ ਸਾਜ਼ਾਂ ਵਾਲੇ, ਇਹ ਜਿਹੜੀ ਸੁਣਾਈ ਉਹ ਕਵੀਸ਼ਰੀ ਸੀ, ਕਵੀਸ਼ਰੀ ਬਿਨਾਂ ਸਾਜ਼ਾਂ ਤੋਂ ਹੁੰਦੀ ਹੈ, ਤੁੰਬੀ ਦੀ ਆਵਾਜ਼ ਖੋਲਦੀ ਹੈ ਨਾ, ਅਤੇ ਸਾਜ਼ਾਂ ਸਿਆਣੇ ਕਹਿੰਦੇ ਆ ਸਾਜ਼ਾਂ ਬਿਨ ਗਾਉਣ, ਕੋਇਲਾਂ ਬਿਨ ਪਾਉਣ, ਤੀਆਂ ਬਿਨ ਸੌਣ, ਕਦੇ ਵੀ ਮੱਗ ਦੇਣਾ, ਤੀਵੀਂ ਨਾ ਰੁਕਦੀ ਮੂਹਰੇ ਨਾ ਝੁੱਕਦੀ ਉਹ ਫਿਰਦੀ ਆ, ਬੁੱਕ ਦੀ ਜੇ ਸ਼ਰਮ ਉਤਾਰ ਦੇਵੇ, ਆ ਲਾਲਚੀ ਲਾੜਾ ਗਵਾਂਢੀ ਮਾੜਾ ਤੇ ਪਿਆ ਉਜਾੜਾ ਵੀ ਲੋਕੋ ਮਾਰ ਦੇਵੇ। ਕਹ ਇਹ ਜੀ ਵੈਦ ਰਸੋਈਏ ਤੇ ਕਵੀ ਸ਼ਰਾਨਾ ਵੈਰ ਮਾੜਾ, ਚੌਥਾ ਵੈਰ ਘਰ ਦੀ ਜਨਾਨੀ ਨਾਲ ਪਾਈਏ ਨਾ, ਹੋਰ ਵੈਰ ਪਾਉਣਾ ਮਾੜਾ ਸੂਰਮੇ ਪਲੀਸ ਨਾਲ, ਆ ਸੱਤਵੇਂ ਗਵਾਂਢੀਆਂ ਦੇ ਨਾਲ ਵਗੜਾਈਏ ਨਾ, ਆ ਵਜਰਵਾਣੇ ਨਾਲ ਸੱਜਣ ਪੁਰਾਣੇ ਨਾਲ, ਦਸਵੇਂ ਮਕਾਨ ਪਾਈਏ ਰਾਜ ਨੇ ਗਵਾਈਏ ਨਾ, ਕੁੜਮ ਤੇ ਜਵਾਈ ਨਾਲ ਗਿਆਰਵੇਂ ਵਿਗਾੜੀਏ ਨਾ, ਬਾਰਵੇਂ ਬਿਰਦ ਹੋ ਕੇ ਸ਼ਾਦੀ ਕਰਵਾਈਏ ਨਾ। ਹਾਂਜੀ ਹਾਂਜੀ ਚੱਲਣ ਦਿਓ, ਚੱਲ ਸਲਾਮ ਦੁਆ
ਦੀ ਸਹਿਬਾ ਹੂਰ ਨੂੰ ਤੇ ਨਾ ਜੱਟੀਏ ਚਿੱਤ ਡੁਲਾ ਚੱਟੀਏ ਕਰਾਂ ਮੈਦਾਨ ਸਪਾ ਹੋ ਤੈਨੂੰ ਲੈ ਜੂ ਸਭ ਦੇ ਵੇਦਿਆਂ ਹੋ ਵੇਦਿਆਂ ਲੈ ਜੂ ਸਭ ਦੇ ਵੇਦਿਆਂ ਨੀ ਚੱਟੀਏ ਬੈਠ ਬੱਕੀ ਤੇ ਆ ਬੱਕੀ ਤੇ ਆ ਨੀ ਜੱਟੀਏ ਬੈਠ ਬੱਕੀ ਤੇ ਆ ਹਾਂਜੀ ਸਾਡਾ ਟਾਈਮ ਇੰਨਾ ਹੀ ਲਿਖਿਆ ਹੋਇਆ ਸੀ ਤੁਹਾਡੀ ਕਚਹਿਰੀ ਦੇ ਵਿੱਚ ਕਿਉਂਕਿ ਟਾਈਮ ਦੀ ਬੜੀ ਪ੍ਰੋਬਲਮ ਹੈ ਕਿਉਂਕਿ ਨਹੀਂ ਅਸੀਂ ਤਾਂ ਦੋ ਦੋ ਘੰਟੇ ਬਿਨਾਂ ਸਾਜ਼ਾਂ ਤੋਂ ਗਾਉਣ ਵਾਲੇ ਹਾਂਗੇ ਇੰਨੇ ਕੁ ਚਿਰ 'ਚ ਤਾਂ ਅਸੀਂ ਭਾਖਦੇ ਹਾਂ ਮਾੜਾ ਜਿਹਾ ਗਲਾ ਜਿਹਾ ਗਰਮ ਜਿਹਾ ਹੁੰਦਾ ਵੀ ਹਾਂ ਯਾਰ ਗਾਈਏ 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 ਹਾਲੇ ਤਾਂ ਸ਼ੁਰੂਆਤ ਕੀਤੀ ਸੀ ਅਤੇ ਜੇ ਵਧੀਆ ਲੱਗਿਆ ਤਾੜੀ ਇੱਕ ਵਾਰੀ ਖੁੱਲ੍ਹ ਕੇ ਮਾਰ ਦਿਓ ਪਤਾ ਲੱਗੇ ਵੀ ਦਿੱਲੀ 'ਚ ਆਏ ਹਾਂਗੇ ਹਾਂਜੀ ਸੋ ਜਿਉਂਦੀਆਂ ਰੂਹਾਂ ਦੇ ਮੇਲੇ ਹੁੰਦੇ ਰਹਿੰਦੇ ਆ ਜਿਉਂਦੇ ਰਹੇ ਫਿਰ ਮਿਲਾਂਗੇ ਮੇਰੇ ਵੱਲੋਂ ਅਤੇ ਅਮਨ ਵੱਲੋਂ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ